ਹਾਂਜੀ ਜੀ ਹਨੂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਬਹੁਤ ਜ਼ਰੂਰੀ ਅਪਡੇਟ ਹੈ ਜਿਹੜਾ ਕਿ ਅਸਾਮੀਆਂ ਨਾਲ ਸੰਬੰਧਤ ਅਧਿਪਕ ਵਰਤੀ ਨਾਲ ਸੰਬੰਧਤ ਕੁਝ ਖਤਮ ਕੀਤੀਆਂ ਗਈਆਂ ਸਾਮੀਆਂ ਨਾਲ ਸੰਬੰਧਤ ਤੇ ਇਹ ਮੀਟਿੰਗ ਹੋਈ ਸੀਗੀ ਜੀ ਜਿਹੜੀ ਸੂਬਾ ਪ੍ਰਧਾਨ ਜਿਹੜੇ ਦੀ ਡੀਟੀਐਫ ਦੇ ਬਿਕਰਮਦੀਪ ਪਟਿਆੜਾ ਤੇ ਜਨਰਲ ਸਕਤਰ ਮਕੇਸ਼ ਕੁਮਾਰ ਇਹ ਮੀਟਿੰਗ ਹੋਈ ਸੀਗੀ ਜੀ ਹਰਿੰਦਰ ਕੌਰ ਨਾਲ ਡੀਪੀਆਈ ਪ੍ਰਾਇਮਰੀ ਦੇ ਜਿਹੜੇ ਮੀਟਿੰਗ ਦੇ ਵਿੱਚ ਜਿਹੜੀਆਂ ਸਾਮੀਆਂ ਖਤਮ ਹੁਣਿਆ ਨੇ ਉਹਦੇ ਸੰਬੰਧਤ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ 38865 ਅਸਾਮੀਆਂ ਤੇ ਜਿਹੜੀ ਜਲਦੀ ਨਵੀਂ ਭਰਤੀ ਰਾਹੀਂ ਭਰੀਆਂ ਜਾਣਗੀਆਂ ਇਹ ਜਾਣਕਾਰੀ ਅਖਬਾਰ ਦੇ ਵਿੱਚ ਤੁਸੀਂ ਪੜ੍ਹ ਵੀ ਸਕਦੇ ਹੋ ਇਹ ਪ੍ਰਾਇਮਰੀ ਦੀ ਗੱਲ ਕੀਤੀ ਜਾ ਰਹੀ ਹੈ ਜੀ ਈਟੀਟੀ ਅਤੇ ਐਚਟੀ ਦੀਆਂ ਜਿਹੜੀਆਂ ਖਤਮ ਕੀਤੀਆਂ ਅਸਾਮੀਆਂ ਬਾਰੇ ਆ ਸਿੰਗਲ ਟੀਚਰ ਸਕੂਲਾਂ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ 3265 ਅਧਿਆਪਕਾਂ ਦੀ ਜਿਹੜੀ ਤਾਇਨਾਤੀ ਆ ਉਕੀਤੀ ਜਾਵੇਗੀ ਜਲਦੀ ਇਹ ਕੀਤੀ ਜਾ ਰਹੀ ਹੈ ਭਾਵ 2165 ਤੇ 6635 ਅਸਾਮੀਆਂ ਸੰਬੰਧੀ ਉਹਨਾਂ ਨੇ ਕਿਹਾ ਕਿ ਮੈਲਟ ਅੱਗੇ ਵਧਾਉਂਦੇ ਹਾਂ 765 ਅਧਿਆਪਕਾਂ ਨੂੰ ਨਿਯੁਕਤ ਪੱਤਰ ਦਿੱਤੇ ਜਾ ਰਹੇ ਹਨ ਤੇਰੇ ਅਗਲੀ ਸੇਵਾ ਨਿਯਮ 2018 ਦੀ ਤਹਿਤ ਵਾਲੇ ਨਵੇਂ ਨਿਯੁਕਤ ਅਤੇ ਪ੍ਰਮੋਟਿਡ ਅਧਿਆਪਕਾਂ ਤੇ ਲਗਾਈ ਗਈ ਬੱਪਾ ਦੀ ਪ੍ਰੀਖਿਆ ਤੇ ਕੰਪਿਊਟਰ ਮੁਹਾਰਤ ਟੈਸਟ ਪਾਸ ਕਰਨ ਦੀ ਸ਼ਰਤ ਸੰਬੰਧੀ ਉਹਨਾਂ ਨੇ ਕੀ ਕਿਹਾ ਤਾਂ ਇਹਦੇ ਸੰਬੰਧ ਕਿਹਾ ਕਿ ਫਾਈਲ ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਪੈਂਡਿੰਗ ਪਈਆ ਤੇ ਜਲਦੀ ਹੀ ਇਹਦੇ ਸੰਬੰਧਤ ਵੀ क्लियर ਹੋ ਜਾਵੇਗਾ ਇਹ ਮੀਟਿੰਗ ਨੇ ਦਰਾਂ ਨਹੀਂ ਗੱਲ ਸਾਹਮਣੇ ਆਈ ਹੈ ਤੇ ਇਹ ਸਾਰੀ ਵਿਸਾਰੀ ਦੇ ਵਿੱਚ 2365 6635 ਦੀ ਗੱਲ ਤੇ ਬਾਕੀ ਕੁੱਲ ਖਾਮੀਆਂ ਦਾ ਜਿਹੜਾ ਵੀਰਵਾ ਉਹ ਸਾਰੇ ਦਾ ਸਾਰਾ 38865 ਦਾ ਵੀਰਵਾ ਜਿਹੜਾ ਅਖਬਾਰ ਦੀ ਖਬਰ ਦੇ ਮੁਤਾਬਕ ਇਹ ਜਾਣਕਾਰੀ ਜ਼ਰੂਰੀ ਸੀ ਇਸ ਲਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੋਰ ਕੋਈ ਅਪਡੇਟ ਆਉਂਦਾ ਕਿਵੇਂ ਵੀ ਅਪਡੇਟ ਆਉਂਦਾ ਭੱਲੇ ਕਿਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਜੀ ਮਿਲਦੇ ਆ ਫਿਰ ਕਿ ਨਵੀਂ ਵੀਡੀਓ ਦੇ ਨਾਲ ਖਾਸ ਤਿਹਵਾ ਦੇ ਰਹੋ